कल शामी मैंने फोन आया भी आप तुहाडा नंबर लग गया जी। सानू यकीन जहाँ नहीं होया जी, सारे वही इतने कत्ती बैठे थे घर ही भी इस तरह भी साडा नंबर लग गया। घर के हालात जी साढ़े बस बहुत बुरे से, हम सू थोड़ा हौसला होया भी चलो देना लेना भी उत्तर जी का देना है। वैसे रब जदों किसी नूं दिंदा है तां छप्पड़ पाड़ के दिंदा है, ये कहावत बागा पुराणा दे रहण वाले जसवीर सिंह ते सच साबित हुई है। गरीबी दी दलदल विच फसे जसवीर नूं चित चेते नहीं सी कि उन्हां दी 2.5 करोड़ दी लाटरी निकल आवेगी अते उन्हां दा गरीबी तों इन्नी जल्दी खेड़ा छुट जाएगा। जी हाँ, गरीबी नाल जूझ रहे जसवीर सिंह नूं रब ने वाकई छप्पड़ फाड़ के दिता है, तो जिस तों बाद परिवार विच खुशी दी लहर पाई जा रही है। इस संबंधी गलबात करदिया जसवीर सिंह ने दसिया कि उसनू 2.5 करोड़ की लाटरी निकलने बारे पता चलिया तो उनू यकीन ही नहीं होया, पर जदों नंबर मिला के देखा तो उन्हां दी खुशी का कोई टिकाणा नहीं रहा। उसने दसिया कि उसने निहाल सिंह वाला रोड से काका लाटरी स्टाल तो 500 रुपए की लाटरी की टिकट खरीदी सी, जिस ते उसनू 2.5 करोड़ का नाम निकल आया। ਸਾਨੂੰ ਬਹੁਤ ਵਧੀਆ ਖੁਸ਼ੀ ਹੋਈ ਹੈ ਜੀ, ਸਾਡਾ ਪਹਿਲੀ ਵਾਰ ਨਾਮ ਨਿਕਲਿਆ ਜੀ, ਅੱਗੇ ਵੀ ਲਾਟਰੀ ਕਾਫੀ ਵਾਰ ਪਾਈ ਹੈ ਜੀ ਅਤੇ ਅੱਗੇ ਕੋਈ ਡਰਾ ਨਹੀਂ ਨਿਕਲਿਆ ਸਾ, ਪਰ ਐਤਕੀ ਸਾਡਾ ਨੰਬਰ ਲੱਗ ਗਿਆ। ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਜੀ ਸਾਰਿਆਂ ਨੂੰ। ਇਹ ਬਾਗੇ ਪੁਰਾਣੀ ਪਾਈ ਸੀ ਜੀ, ਮੈਂ 1 ਤਰੀਕ ਨੂੰ ਪਾਈ ਸੀਗੀ ਜੀ, ਅਤੇ 5 ਤਰੀਕ ਦਾ ਸ਼ਾਮ ਦਾ 6:30 ਦਾ ਰਿਜ਼ਲਟ ਸੀਗਾ ਜੀ ਇਹਦਾ, ਅਤੇ ਕੱਲ੍ਹ ਸ਼ਾਮੀ ਮੈਨੂੰ ਫੋਨ ਆਇਆ ਵੀ ਆਪ ਤੁਹਾਡਾ ਨੰਬਰ ਲੱਗ ਗਿਆ ਜੀ। ਸਾਨੂੰ ਯਕੀਨ ਜਿਹਾ ਨਹੀਂ ਹੋਇਆ ਜੀ, ਸਾਰਿਆਂ ਨੂੰ ਵੀ ਇੱਥੇ ਇਕੱਠੀ ਬੈਠੇ ਸੀਗੇ ਘਰ ਜੀ ਵੀ ਇਸ ਤਰ੍ਹਾਂ ਵੀ ਸਾਡਾ ਨੰਬਰ ਲੱਗ ਗਿਆ, ਅਤੇ ਉਹਨਾਂ ਨੇ ਇੱਕ ਪਰੂਫ ਜਿਹਾ ਭੇਜਿਆ। ਸਾਨੂੰ ਫਿਰ ਵੀ ਯਕੀਨ ਨਹੀਂ ਹੋਇਆ ਵੀ ਜਿੰਨਾ ਚਿਰ ਰਿਜ਼ਲਟ ਨਹੀਂ ਆਇਆ, ਅਤੇ ਜਦੋਂ ਉਹਨਾਂ ਨੇ ਰਿਜ਼ਲਟ ਦੀ ਫੋਟੋ ਭੇਜੀ ਤਾਂ ਅਸੀਂ ਚੈੱਕ ਕਰਾਏ, ਨੰਬਰ ਮਿਲਾਇਆ ਅਤੇ ਸਾਡਾ ਹੀ ਨੰਬਰ ਮਿਲ ਗਿਆ। ਸਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਜੀ। ਦੇਖੋ ਜੀ, ਸਾਡੀ ਤਾਂ ਜੋ ਲੰਘ ਹੀ ਜਿਹੋ ਜੀ, ਆਉਣ ਵਾਲੇ ਬੱਚਿਆਂ ਦੀ ਇਹ ਵਧੀਆ ਭਵਿੱਖ ਬਣਾਵਾਂਗੇ, ਕੋਈ ਬਿਜ਼ਨਸ ਵਧੀਆ ਚਲਾਵਾਂਗੇ ਜੀ, ਅਤੇ ਜੋ ਵੀ ਮਦਦ ਕਿਸੇ ਦੀ ਹੁੰਦੀ ਮਾੜੀ ਮੋਟੀ ਜਿੰਨੀ ਵੀ ਹੁੰਦੀ ਅਸੀਂ ਵੱਧ ਤੋਂ ਵੱਧ ਕਰਾਂਗੇ। ਜੀ ਮੈਂ ਐਲਮੀਨੀਅਮ ਦਾ ਕੰਮ ਕਰਦਾ ਜੀ। ਘਰ ਦੇ ਹਾਲਾਤ ਜੀ ਸਾਡੇ ਬਸ ਬਹੁਤ ਬੁਰੇ ਸੀਗੇ, ਹੁਣ ਸਾਨੂੰ ਥੋੜ੍ਹਾ ਹੌਸਲਾ ਹੋਇਆ ਵੀ ਚਲੋ ਦੇਣਾ ਲੈਣਾ ਵੀ ਉੱਤਰ ਜੀ ਦਾ ਦੇਣਾ ਹੈਗਾ ਸੀ। ਇਸੇ ਤਰ੍ਹਾਂ ਜਸਵੀਰ ਸਿੰਘ ਦੀ ਘਰਵਾਲੀ ਅਤੇ ਇੱਕ ਹੋਰ ਪਰਿਵਾਰਕ ਮੈਂਬਰ ਨੇ ਆਖਿਆ ਕਿ ਉਹ ਰੱਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹੈ ਕਿਉਂਕਿ ਰੱਬ ਨੇ ਉਹਨਾਂ ਦੀ ਨੇੜੇ ਹੋ ਕੇ ਸੁਣ ਲਈ। ਘਰ ਦਾ ਗੁਜ਼ਾਰਾ ਸਾਡਾ ਬਹੁਤ ਹੀ ਮੁਸ਼ਕਲ ਦੇ ਨਾਲ ਚੱਲਦਾ ਸੀ ਅਤੇ ਪਰਿਵਾਰ 'ਤੇ 5 ਲੱਖ ਦਾ ਕਰਜ਼ਾ ਚੜ੍ਹ ਚੁੱਕਿਆ ਸੀ। ਪਤਾ ਵੀ ਨਹੀਂ ਸੀ ਵੈਸੇ ਇਹਨਾਂ ਨੇ ਲੋਟਰੀ ਪਾਈ ਦੀ ਹੈ, ਪਰ ਜੇ ਨਿਕਲੀ ਉਹਦੀ ਪਤਾ ਲੱਗਿਆ, ਫਿਰ ਵੀ ਨਹੀਂ ਘਰੇ ਨਹੀਂ ਦੱਸਿਆ ਸੀ। ਕਿੰਨਾ ਚਿਰ ਹੋ ਗਿਆ? ਇਹਨਾਂ ਨੂੰ ਤਾਂ ਬਹੁਤ ਟਾਈਮ ਹੋ ਗਿਆ ਵੈਸੇ ਲੋਟਰੀ ਪਾਉਂਦਿਆਂ ਨੂੰ। ਥੋੜ੍ਹੇ ਦਿਨ ਪਹਿਲਾਂ ਵੀ ਇਹਨਾਂ ਨੂੰ 2000 ਰੁਪਏ ਦੀ ਨਿਕਲੀ ਸੀ, ਅਤੇ ਉਹਨਾਂ ਦੀ ਇਹਨਾਂ ਨੇ ਪਾਈ ਸੀ, ਮਤਲਬ ਕਿ 2 ਲੋਟਰੀਆਂ ਹੋਰ ਪਾਤੀਆਂ ਸੀ, ਉਹਨਾਂ 'ਚ ਇੱਕ ਹੁਣ ਫਿਰ ਨਿਕਲਿਆ ਜੀ। ਬਹੁਤ ਕੁਛ ਮਤਲਬ ਕਿ ਬੱਚਿਆਂ ਦੀ ਮਤਲਬ ਪਰਵਰਿਸ਼ ਕਰਾਂਗੇ ਵਧੀਆ। ਆਪ ਤਾਂ ਜਿਵੇਂ ਲੰਘ ਗਈ ਨੌਕਰੀ ਬਹੁਤ ਦੇਖੀ ਨਹੀਂ ਮਿਲੀ, ਫਿਰ ਸਭ ਕੁਛ ਛੱਡ ਕੇ ਮੈਂ ਤਾਂ ਕੱਪੜਿਆਂ ਵਾਲੀ ਦੁਕਾਨ 'ਤੇ ਲੱਗ ਗਈ ਸੀਗੀ, ਕਰਜ਼ਾ ਲਾਉਣਾ ਲੋਕਾਂ ਦਾ ਜੀ। ਕਿੰਨਾ ਕਰਜ਼ਾ? ਕਿੰਨਾ ਸੀ? 4-5 ਲੱਖ ਦਾ ਸੀ। ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਜੀ, ਕਿੱਥੇ ਤਾਂ ਇਹਨਾਂ ਦੇ ਸਿਰ 'ਤੇ ਛੱਤ ਵੀ ਹੈ ਨਹੀਂ ਸੀਗੀ, ਇੱਕ ਬਹੁਤ ਕਿਰਾਏ 'ਤੇ ਕਮਰੇ 'ਤੇ ਰਹਿੰਦੇ ਸੀਗੇ ਇਹ, ਕੋਈ ਘਰ ਕੋਈ ਬਾਹਰ ਕੁਛ ਵੀ ਨਹੀਂ ਸੀਗਾ। ਹੌਲੀ ਹੌਲੀ ਅਸੀਂ ਇਹਨਾਂ ਨੂੰ ਇੱਥੇ ਲਿਆਂਦਾ, ਪੈਸੇ ਸਾਰਿਆਂ ਨੇ ਮਦਦ ਕਰਕੇ ਇੱਕ ਛੋਟਾ ਜਿਹਾ ਪਲਾਟ ਲਿਆ, ਉਹਦਾ ਵੀ 4-5 ਲੱਖ ਰੁਪਇਆ ਸਿਰ ਚੜ੍ਹ ਗਿਆ ਸੀਗਾ। ਸੁਬਹਾ ਸ਼ਾਮ ਨਿੱਤ ਹਰ ਰੋਜ਼ ਕੋਈ ਨਾ ਕੋਈ ਮੰਗਣ ਵਾਲਾ ਆਉਂਦਾ ਸੀਗਾ ਜੀ, ਸਾਡੇ ਦਿਮਾਗ 'ਤੇ ਬਹੁਤ ਲੋਡ ਸੀਗਾ ਵੀ ਅਸੀਂ ਕਿਵੇਂ ਲਾਵਾਂਗੇ ਇਹ ਕਰਜ਼ਾ, ਨਾ ਕਿ ਉਹ ਘਰ ਦੇ ਵਿੱਚ ਰਹਿੰਦੇ ਵੀ ਨਹੀਂ ਸੀ ਹਲੇ, ਪੁਰਾਣੀਆਂ ਟੈਲ ਬੱਤਾਂ ਲੈ ਕੇ ਬਣਾਇਆ ਸੀਗਾ। ਇਸੇ ਕਰਕੇ ਮੇਰੀ ਮੰਮੀ ਡੈਡੀ ਕੇ ਘਰ ਰਹਿੰਦੇ ਸੀਗੇ ਵਿਚਾਰੇ, ਅਤੇ ਮੇਰੀ ਭੈਣ ਮੈਂ ਕੱਪੜਿਆਂ ਵਾਲੀ ਦੁਕਾਨ 'ਤੇ ਲਾਤੀ ਸੀਗੀ, ਨਿੱਕਾ ਜਿਹਾ ਬੇਟਾ 2.5-3 ਸਾਲ ਦਾ ਜਿਹਨੂੰ ਬਗੈਰ ਦੁੱਧ ਤੋਂ ਪਲਿਆ ਜੀ ਵਿਚਾਰਾ, ਉਹ ਮੇਰਾ ਭਾਣਜਾ। ਦੱਸ ਦਈਏ ਕਿ ਜਸਵੀਰ ਸਿੰਘ ਐਲਮੂਨੀਅਮ ਦਾ ਕੰਮ ਕਰਦਾ ਏ, ਹੁਣ 2.5 ਕਰੋੜ ਰੁਪਏ ਦੀ ਲਾਟਰੀ ਨਿਕਲਣ ਤੋਂ ਬਾਅਦ ਉਸਦੇ ਘਰ ਮੁਬਾਰਕਾਂ ਦੇਣ ਵਾਲਿਆਂ ਦੀ ਲੈਣ ਲੱਗੀ ਹੋਈ ਹੈ। ਹਮਦਰਦ TV ਲਈ ਮੋਗਾ ਤੋਂ ਬਿੱਟੂ ਪੂਰਵਾ ਦੀ ਰਿਪੋਰਟ।